ਅੱਜ ਅੰਮ੍ਰਿਤਸਰ ਵਿਖੇ IDH ਮਾਰਕੀਟ ਵਿੱਚ ਭਿਆਨਕ ਅੱਗ ਲੱਗਣ ਕਾਰਨ 4 ਮੰਜ਼ਿਲਾ ਇਮਾਰਤ ਦੀਆਂ ਉੱਪਰਲੀਆਂ 3 ਮੰਜ਼ਿਲਾ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਈਆਂ। ਅੱਗ ਲੱਗਣ ਦਾ ਮੁੱਖ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਬਿਲਡਿੰਗ ਦੀਆਂ ਉੱਪਰਲੀਆਂ ਮੰਜ਼ਿਲਾਂ ਵਿੱਚ ਪਿਆ ਸਾਰਾ ਸਮਾਨ ਸੜ ਕੇ ਰਾਖ ਹੋਇਆ। ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਹੈ। ਜੀ, ਕੁਛ ਸਮਾਂ ਪਹਿਲਾਂ ਸਾਨੂੰ ਤਲਾਹ ਮਿਲੀ ਸੀ ਟਾਉਣਾ ਤੋਂ ਕਿ IDH ਮਾਰਕੀਟ ਵਿੱਚ ਇੱਕ ਬਹੁਤ ਜ਼ਿਆਦਾ ਭਿਆਨਕ ਅੱਗ ਲੱਗੀ ਆ। ਅਸੀਂ ਉਸੇ ਵੇਲੇ 2 ਗੱਡੀਆਂ ਢਾਬ ਵਸੀ ਰਾਮ, 4 ਗੱਡੀਆਂ ਨਗਰ ਨਿਗਮ ਦੀਆਂ ਉਸੇ ਵੇਲੇ ਮੌਕੇ 'ਤੇ ਖੜ੍ਹ ਦਿੱਤੀਆਂ ਸੀ। ਆਉਂਦਿਆਂ ਦੇਖਿਆ ਬਿਲਡਿੰਗ 'ਚ ਅੱਗ ਬਹੁਤ ਜ਼ਿਆਦਾ ਸੀ। ਇੰਨਾ ਅੰਦਰ ਸਮਾਨ ਬਿਲਡਿੰਗ ਦੇ ਵਿੱਚ ਪਿਆ ਹੋਇਆ, ਪਲਾਸਟਿਕ ਦਾ, ਗਿਫਟ ਸ਼ੋਪ ਵਾਲੀ ਦੁਕਾਨ ਦੱਸੀ ਜਾ ਰਹੀ ਆ, ਉਹ ਪਲਾਸਟਿਕ ਕਰਕੇ ਇੰਨਾ ਕਾਲਾ ਧੂੰਆਂ ਬਿਲਡਿੰਗ 'ਚੋਂ ਜਿਹੜਾ ਨਿਕਲ ਰਿਹਾ ਸੀ। ਆਉਂਦਿਆਂ ਅਸੀਂ ਅੱਗ 'ਤੇ ਪੂਰਾ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। ਲਗਭਗ 50% ਅਸੀਂ ਅੱਗ 'ਤੇ ਕੰਟਰੋਲ ਪਾਇਆ ਗਿਆ ਬਾਹਰੋਂ ਦੀ। ਅੰਦਰ ਅੱਗ ਜੇ ਆਪਾਂ ਜਾ ਨਹੀਂ ਸਕਦੇ ਕਿਉਂਕਿ ਅੰਦਰ ਕਾਲਾ ਧੂੰਆਂ ਇੰਨਾ ਕੁ ਬਹੁਤ ਜ਼ਿਆਦਾ ਵਾ ਕਿ ਸਾਨੂੰ ਅੰਦਰ ਵੜਿਆ ਨਹੀਂ ਦਿੱਤਾ ਜਾ ਰਿਹਾ, ਬਹੁਤ ਜ਼ਿਆਦਾ। ਇਹ ਮਹਿਲਾ 4 ਬਿਲਡਿੰਗ ਦੱਸ ਰਹੇ ਆ, ਜੋ ਕਿ 4 ਮਹਿਲਾ ਬਿਲਡਿੰਗ ਹੈਗੀ ਆ। ਬਾਕੀ ਜਦੋਂ ਅੱਗ 'ਤੇ ਪੂਰਾ ਬਾਹਰੋਂ ਦੀ ਕੰਟਰੋਲ ਹੋਏਗਾ, ਸਾਡਾ 1-2 ਬੰਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਆ, ਜਿਨ੍ਹਾਂ ਦੇ ਮੂੰਹ 'ਤੇ ਪੂਰਾ ਧੂੰਆਂ ਪਿਆ ਉਹ ਫਿਰ ਵਾਪਸ ਆ ਜਾਂਦੇ ਬਾਹਰ। ਕੋਸ਼ਿਸ਼ ਕਰ ਰਹੇ ਹਾਂ ਬਿਲਡਿੰਗ ਦੇ ਅੰਦਰ ਵੜ ਕੇ ਅੱਗ ਬੁਝਾਉਣ ਦੀ, ਜੇ ਅੰਦਰ ਇੱਕ ਵਾਰੀ ਆਪਾਂ ਪਹੁੰਚ ਗਏ ਅੱਗ 'ਤੇ ਪੂਰਾ ਕੰਟਰੋਲ ਕਰ ਦਿੱਤਾ। ਬਿਲਡਿੰਗ ਦੇ ਇਹ 2 ਦੱਸ ਰਹੇ, 2-3 ਮੰਜ਼ਿਲਾਂ ਤੱਕ ਬਿਲਡਿੰਗ ਇਹ ਸਮਾਨ ਸੜਿਆ ਵਾ, ਛੱਤ ਅੱਗ ਉੱਪਰ ਤੱਕ ਪਹੁੰਚ ਚੁੱਕੀ ਹੋਈ ਆ, ਅਤੇ 7 ਗੱਡੀਆਂ ਮੌਕੇ 'ਤੇ ਆਈਆਂ ਵਾ ਜਿਹੜੀਆਂ ਅੱਗ ਮੌਕੇ 'ਤੇ ਬੁਝਾ ਰਹੀਆਂ ਵਾ। ਜਾਨੀ ਨੁਕਸਾਨ ਤੱਕ ਆਏ ਸਾਨੂੰ ਕੋਈ ਖਬਰ ਨਹੀਂ ਹੈਗੀ। ਬਿਲਡਿੰਗ ਦਾ ਬਹੁਤ ਬੁਰਾ ਹਾਲ ਆ, ਬਿਲਡਿੰਗ 'ਤੇ ਤੜੇਰਾਂ ਵੀ ਆ ਰਹੀਆਂ। ਇਸ ਕਰਕੇ ਲੋਕਾਂ ਨੂੰ ਵੀ ਅਸੀਂ ਕਹਿ ਰਹੇ ਹਾਂ ਕਿ ਬਈ ਲਾਗੇ ਨਾ ਲੱਗੋ, ਬਿਲਡਿੰਗ ਤੋਂ ਥੋੜ੍ਹਾ ਪਿੱਛੇ ਹੋ ਜਾਓ। ਹਜੇ ਤੱਕ ਤਾਂ 2 ਮੰਜ਼ਿਲਾਂ ਦੀ ਆਵਾਜ਼ ਹੈਗੀ ਆ, 2 ਮੰਜ਼ਿਲਾਂ ਸੜੀਆਂ। ਅਸੀਂ ਸੇਵਾ ਸੁਸਾਇਟੀ 5 ਦੇ ਢਾਬ ਵਸਤੀ ਰਾਮ ਤੋਂ ਆਏ। ਹਾਂ, ਕਿੱਥੇ ਅੱਗ ਲੱਗੀ ਜੀ? IDH ਮਾਰਕੀਟ ਅੱਗ ਲੱਗੀ ਜੀ 12:15 ਵਜੇ। ਕਿੰਨੇ ਮੰਜ਼ਿਲਾ ਬਿਲਡਿੰਗ ਜਿਹੜੀ? ਦੇਖੋ ਜੀ, 3 ਮੰਜ਼ਿਲਾ ਹੈਗੀਆਂ, ਵਿੱਚੋਂ 2 ਮੰਜ਼ਿਲਾ 'ਤੇ ਫੁੱਕੀਆਂ ਗਈਆਂ ਬਿਲਕੁਲ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਦਾ ਕੁਛ ਨਹੀਂ ਪਤਾ ਜੀ ਹਲੇ, ਬਾਕੀ ਅੱਗ ਬੁੱਝੇਗੀ ਤਾਂ ਪਤਾ ਚੱਲੇਗਾ ਕਿੰਨਾ ਨੁਕਸਾਨ। ਦੇਖੋ, ਸੇਵਾ ਸੁਸਾਇਟੀ 5 ਗੱਡੀਆਂ 2 ਗੱਡੀਆਂ ਮੌਕੇ 'ਤੇ ਆਈਆਂ, 5 ਗੱਡੀਆਂ ਕਾਰ ਸਟੇਸ਼ਨ 'ਤੇ ਆਈਆਂ। ਪਤਾ ਨਹੀਂ ਲੱਗਾ ਕਿੰਨਾ ਕੁ ਨੁਕਸਾਨ ਹੋਇਆ? ਕੁਛ ਨਹੀਂ ਪਤਾ ਜੀ ਹਲੇ, ਜਾਨੀ ਨੁਕਸਾਨ ਪਊਗਾ।